ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਨਿੱਜੀ ਬੱਸ ਖੇਤ ਵਿੱਚ ਪਲਟ ਗਈ, ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਆਲੇ ਦੁਆਲੇ ਖੜੇ ਲੋਕ ਇਕੱਠੇ ਹੋਏ ਔਰ ਸਵਾਰੀਆਂ ਨੂੰ ਬੜੀ ਮਸ਼ਕਤ ਬਾਅਦ ਬਾਹਰ ਕੱਢਿਆ। ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਕੋਈ ਵਾਹਨ ਆਇਆ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਪ੍ਰਾਈਵੇਟ ਬੱਸ ਖੇਤ ਵਿੱਚ ਪਲਟ ਗਈ। 30 ਤੋਂ 35 ਸਵਾਰੀਆਂ ਫੱਟੜ ਹੋਈਆਂ ਨੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਸਵੀਰਾਂ ਜਲੰਧਰ ਦੇ ਆਦਮਪੁਰ ਕੋਲ ਦੀਆਂ ਨੇ, ਜਿੱਥੇ ਇਹ ਭਿਆਨਕ ਹਾਦਸਾ ਹੋਇਆ। ਇਹ ਬੱਸ ਜਲੰਧਰ ਬੱਸ ਅੱਡੇ 'ਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਖੇਤ ਵਿੱਚ ਪਲਟ ਗਈ। ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਕੋਈ ਵਾਹਨ ਆਇਆ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੱਸ ਖੇਤ ਵਿੱਚ ਜਾ ਕੇ ਪਲਟ ਗਈ, ਜਿਸ ਤੋਂ ਬਾਅਦ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ, ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਮੌਕੇ 'ਤੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਖੇਤ ਦੇ ਵਿੱਚ ਇਹ ਬੱਸ ਪਲਟ ਗਈ, ਸਵਾਰੀਆਂ ਇਸ ਦੇ ਵਿੱਚ ਸਵਾਰ ਸਨ। 30 ਤੋਂ 35 ਸਵਾਰੀਆਂ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਓਵਰਟੇਕ ਕਰਦੇ ਸਮੇਂ ਇਹ ਭਿਆਨਕ ਹਾਦਸਾ ਹੋਇਆ। ਜਲੰਧਰ ਦੇ ਆਦਮਪੁਰ ਕੋਲ ਦੀਆਂ ਇਹ ਤਸਵੀਰਾਂ ਨੇ, ਜਿੱਥੇ ਇਹ ਬੱਸ ਖੇਤ ਜਾ ਕੇ ਪਲਟ ਗਈ। ਸੀਗੀ ਉਧਰੋਂ ਗੱਡੀ ਨੂੰ ਇਹਨੇ ਓਵਰਟੇਕ ਕੀਤਾ, ਓਵਰਟੇਕ ਕਰਨ ਲੱਗੇ ਤਾਂ ਸਮਾਲ ਹੋਈ ਨਹੀਂ, ਪਰਲੇ ਬੰਨੇ ਨੂੰ ਗੱਡੀ ਦਿੱਤੀ, ਮੁੜ ਕੇ ਇਧਰ ਨੂੰ ਘੁਮਾ ਹੀ ਨਹੀਂ। ਸਵਾਰੀਆਂ ਕਿੰਨੀਆਂ ਕੁ ਸੀ ਜੀ? ਸੱਟਾਂ ਤਾਂ ਨਹੀਂ ਲੱਗੀਆਂ ਜ਼ਿਆਦਾ ਕਿਸੇ? ਸੱਟਾਂ ਤਾਂ ਲੱਗੀਆਂ। ਹੋਸਪਿਟਲ ਲੈ ਕੇ ਆਏ? ਹੋਸਪਿਟਲ ਲੈ ਕੇ। ਵਿੱਚ ਬੈਠੇ ਡਰਦੇ ਹੀ ਪਏ ਸੀਗੇ ਵੀ ਇੰਨੀ ਸਪੀਡ ਆ, ਪਤਾ ਨਹੀਂ ਕਿਸੇ ਵਿੱਚ ਮਾਰੂਗਾ, ਬਟ ਪਤਾ ਹੀ ਨਹੀਂ ਲੱਗਾ। ਇੱਕਦਮ ਆ ਕੇ ਇੱਥੇ ਝਟਕਾ ਲੱਗਾ, ਪਤਾ ਹੀ ਉਦੋਂ ਲੱਗਾ ਜਦੋਂ ਅਸੀਂ ਸਾਰੇ ਵਿੱਚ ਦੱਬ ਗਏ। ਮੈਨੂੰ ਤਾਂ ਮੁੰਡਿਆਂ ਨੇ ਕੱਢਿਆ, ਮੇਰੀ ਲੱਤ ਤੇ ਤੇ ਆ ਬਾਹਾਂ ਤੇ, ਜਿੱਦਾਂ ਇੱਕਦਮ ਵਿੱਚ ਹੋ ਗਿਆ ਸੱਟ ਲੱਗੀ। ਸਵਾਰੀਆਂ ਦੇ ਨਾਲ ਭਰੀ ਹੋਈ ਇੱਕ ਨਿੱਜੀ ਬੱਸ ਖੇਤ ਵਿੱਚ ਪਲਟ ਗਈ, ਜਿਸ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਆਲੇ ਦੁਆਲੇ ਖੜੇ ਲੋਕ ਇਕੱਠੇ ਹੋਏ ਔਰ ਸਵਾਰੀਆਂ ਨੂੰ ਬੜੀ ਮਸ਼ਕਤ ਬਾਅਦ ਬਾਹਰ ਕੱਢਿਆ। ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਕੋਈ ਵਾਹਨ ਆਇਆ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਪ੍ਰਾਈਵੇਟ ਬੱਸ ਖੇਤ ਵਿੱਚ ਪਲਟ ਗਈ। 30 ਤੋਂ 35 ਸਵਾਰੀਆਂ ਫੱਟੜ ਹੋਈਆਂ ਨੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਰਾਹੀਂ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਸਵੀਰਾਂ ਜਲੰਧਰ ਦੇ ਆਦਮਪੁਰ ਕੋਲ ਦੀਆਂ ਨੇ, ਜਿੱਥੇ ਇਹ ਭਿਆਨਕ ਹਾਦਸਾ ਹੋਇਆ। ਇਹ ਬੱਸ ਜਲੰਧਰ ਬੱਸ ਅੱਡੇ 'ਤੇ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਖੇਤ ਵਿੱਚ ਪਲਟ ਗਈ। ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਓਵਰਟੇਕ ਕਰਦੇ ਸਮੇਂ ਸਾਹਮਣੇ ਤੋਂ ਕੋਈ ਵਾਹਨ ਆਇਆ, ਜਿਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਇਹ ਬੱਸ ਖੇਤ ਵਿੱਚ ਜਾ ਕੇ ਪਲਟ ਗਈ, ਜਿਸ ਤੋਂ ਬਾਅਦ ਸਵਾਰੀਆਂ ਨੂੰ ਬੱਸ ਦੇ ਵਿੱਚੋਂ ਬਾਹਰ ਕੱਢਿਆ ਗਿਆ, ਤੁਰੰਤ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਫਿਲਹਾਲ ਮੌਕੇ 'ਤੇ ਅਧਿਕਾਰੀ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤਾਂ ਖੇਤ ਦੇ ਵਿੱਚ ਇਹ ਬੱਸ ਪਲਟ ਗਈ, ਸਵਾਰੀਆਂ ਇਸ ਦੇ ਵਿੱਚ ਸਵਾਰ ਸਨ। 30 ਤੋਂ 35 ਸਵਾਰੀਆਂ ਜ਼ਖਮੀ ਹੋਈਆਂ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਓਵਰਟੇਕ ਕਰਦੇ ਸਮੇਂ ਇਹ ਭਿਆਨਕ ਹਾਦਸਾ ਹੋਇਆ। ਜਲੰਧਰ ਦੇ ਆਦਮਪੁਰ ਕੋਲ ਦੀਆਂ ਇਹ ਤਸਵੀਰਾਂ ਨੇ, ਜਿੱਥੇ ਇਹ ਬੱਸ ਖੇਤ ਜਾ ਕੇ ਪਲਟ ਗਈ। ਸੀਗੀ ਉਧਰੋਂ ਗੱਡੀ ਨੂੰ ਇਹਨੇ ਓਵਰਟੇਕ ਕੀਤਾ, ਓਵਰਟੇਕ ਕਰਨ ਲੱਗੇ ਤਾਂ ਸਮਾਲ ਹੋਈ ਨਹੀਂ, ਪਰਲੇ ਬੰਨੇ ਨੂੰ ਗੱਡੀ ਦਿੱਤੀ, ਮੁੜ ਕੇ ਇੱਧਰ ਨੂੰ ਘੁਮਾ ਹੀ ਨਹੀਂ। ਸਵਾਰੀਆਂ ਕਿੰਨੀਆਂ ਕੁ ਸੀ ਜੀ? ਸਵਾਰੀਆਂ
ਸੱਟਾਂ ਤਾਂ ਨਹੀਂ ਲੱਗੀਆਂ ਜ਼ਿਆਦਾ ਕਿਸੇ ਨੂੰ? ਸੱਟਾਂ ਤਾਂ ਲੱਗੀਆਂ। ਹੋਸਪਿਟਲ ਲੈ ਕੇ ਆਏ? ਹੋਸਪਿਟਲ ਲੈ ਕੇ। ਵਿੱਚ ਬੈਠੇ ਡਰਦੇ ਹੀ ਪਏ ਸੀਗੇ ਵੀ ਇੰਨੀ ਸਪੀਡ ਆ ਪਤਾ ਨਹੀਂ ਕਿਸੇ ਵਿੱਚ ਮਾਰੂਗਾ, ਪਰ ਪਤਾ ਹੀ ਨਹੀਂ ਲੱਗਾ। ਇੱਕਦਮ ਆ ਕੇ ਇੱਥੇ ਝਟਕਾ ਲੱਗਾ, ਪਤਾ ਹੀ ਉਦੋਂ ਲੱਗਾ ਜਦੋਂ ਅਸੀਂ ਸਾਰੇ ਵਿੱਚ ਦੱਬ ਗਏ। ਮੈਨੂੰ ਤਾਂ ਮੁੰਡਿਆਂ ਨੇ ਕੱਢਿਆ, ਮੇਰੀ ਲੱਤ ਤੇ ਆ ਬਾਂਹ ਤੇ ਜਿੱਦਾਂ ਇੱਕਦਮ ਵਿੱਚ ਹੋ ਗਿਆ।